ਜੱਜ ਫੈਸਲਾ ਆ ਚੁੱਕਾ ਜੀ, ਉਹਨਾਂ ਨੇ ਆਰਡਰ ਕਰਤੇ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ। ਬਹੁਤ ਚੰਗੀ ਗੱਲ ਹੈ, ਸੁਪਰੀਮ ਕੋਰਟ ਤੋਂ ਉੱਤੇ ਤਾਂ ਕੁਛ ਵੀ ਨਹੀਂ ਗਾ, ਸੁਪਰੀਮ ਕੋਰਟ ਤੋਂ ਵੱਡਾ ਤਾਂ ਕੋਈ ਕਾਨੂੰਨ ਦੇ ਚ ਉੱਤੇ ਹੈ ਹੀ ਨਹੀਂ, ਅਤੇ ਉਹਨਾਂ ਦਾ ਫੈਸਲੇ ਨੂੰ ਤਾਂ ਹਰੇਕ ਬੰਦਾ ਵੈਲਕਮ ਕਰਦਾ ਹੈ, ਅਤੇ ਮੈਂ ਵੀ ਕਰਦਾ ਹਾਂ। ਸਰ ਪਰ ਉਸ ਤੋਂ ਬਾਅਦ ਵਿਵਾਦ ਵੀ ਖੜ੍ਹੇ ਹੋ ਜਾਂਦੇ, ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਇਸ ਮਾਮਲੇ 'ਚ, ਇਸ ਤਰ੍ਹਾਂ ਦੇ ਸਵਾਲ ਵੀ ਫਿਰ ਖੜ੍ਹੇ ਹੋ ਜਾਂਦੇ ਨੇ, ਉਹਦੇ 'ਤੇ ਵੀ ਨਾ ਰਿਹਾ। ਦੇਖੋ, ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਚੀਫ ਜਸਟਿਸ ਸੀਗੇ ਉਹ ਲਗਾਤਾਰ ਡੇ ਟੂ ਡੇ ਬੇਸਿਸ 'ਤੇ ਉਹ ਇਹਨੂੰ ਕੇਸ ਨੂੰ ਚਲਾ ਰਹੇ ਆ। ਇੱਕ ਜਾਣੇ ਨੇ ਉਹ 'ਚੋਂ ਰਾਜੂਆਣੇ ਨੇ ਜਿਹੜੀ ਆ, ਉਹਨਾਂ ਨੂੰ ਡੈਥ ਪੈਨਲਟੀ ਹੋਈ ਹੋਈ ਆ, ਉਹ ਡੈਥ ਉਹਨਾਂ ਨੂੰ ਜਿਹੜੀ ਆ ਉਹਦੇ ਲਈ ਇਹਨਾਂ ਨੇ ਇੱਥੇ ਐਸ ਜੀ ਪੀ ਸੀ ਵਾਲਿਆਂ ਨੇ ਉਹਨੂੰ ਉਹਦੀ ਮਾਫ਼ੀ ਲਈ ਉਹਨਾਂ ਨੇ ਅਪਲਾਈ ਕੀਤਾ ਹੋਇਆ, ਅਤੇ ਉਹ ਬੜੇ ਲੰਬੇ ਤੁਸੀਂ ਵੀ ਰੋਜ਼ ਚਲਾਉਂਦੇ ਰਹੇ ਹੋ ਵੀ ਅੱਜ ਸੁਣਵਾਈ, ਹੁਣ ਮੈਨੂੰ ਲੱਗਦਾ 14 ਤਰੀਕ ਆ ਸ਼ਾਇਦ ਜਿਹੜੇ ਨਵੇਂ ਚੀਫ ਜਸਟਿਸ ਆਏ ਆ 14 ਤਰੀਕ ਉਹਦੀ ਮਿਲੀ ਹੋਈ ਆ। ਉਹਦੇ ਵਿੱਚ ਤਾਂ ਇੰਨਾ ਹੀ ਆ ਬਈ ਉਹ ਉਮਰ ਕੈਦ ਆ ਉਹਨਾਂ ਨੂੰ ਕੀ ਬਾਕੀਆਂ ਨੂੰ, ਅਤੇ ਇਹਨਾਂ ਨੂੰ ਫਾਂਸੀ। ਇਹਨਾਂ ਦੀ ਮੰਗ ਇਹ ਆ ਵੀ ਫਾਂਸੀ ਤੋਂ ਉਮਰ ਕੈਦ ਦਿੱਤੀ ਜਾਵੇ, ਉਮਰ ਕੈਦ ਮਤਲਬ ਜਿੰਨਾ ਚਿਰ ਬੰਦਾ ਜਿਉਂਦਾ ਟਿਲ ਡੈਥ, ਉਹ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ। ਇਸ ਕਰਕੇ ਆ ਇਹਦੇ ਵਿੱਚ ਕੋਈ ਮਾਫ਼ੀ ਵਾਲਾ ਜਾਂ ਹੋਰ ਕੇਸ ਨਹੀਂ ਗਾ। ਕਈ ਵਾਰੇ ਚੱਲੀ ਜਾਂਦੀਆਂ ਮੀਡੀਆ 'ਤੇ ਵੱਖ ਵੱਖ ਗੱਲਾਂ, ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੇਸ ਕੀ ਆ। ਅੱਜ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਜਿਹੜਾ ਇਹ ਕੇਸ ਆ ਰਾਜੂਆਣੇ ਦਾ ਉਹ ਸਿਰਫ ਜਿਹੜੀ ਫਾਂਸੀ ਦੀ ਸਜ਼ਾ ਹੈ ਜਿਹੜੀ ਕਿ ਜਿੱਦਣ ਦਿੱਤੀ ਸੀ ਉੱਦਣ ਨਹੀਂ ਹੋਈ ਉਹਨਾਂ ਨੂੰ। ਹੁਣ ਉਹ ਕਹਿ ਰਹੇ ਆ ਵੀ ਜਦੋਂ ਫਾਂਸੀ ਤਾਂ ਹੋਈ ਨਹੀਂ, ਇੰਨੇ ਸਾਲ ਹੋ ਗਏ, ਅਤੇ ਜਿਹੜੇ ਬਾਕੀ ਕੈਦੀ ਨੇ ਨਾਲ ਦੇ, ਤਾਰਾ ਹੋਇਆ, ਦੂਜੇ ਤੀਜੇ ਚੌਥੇ ਪਿਓਰਾ ਹੋਇਆ, ਹਵਾਰਾ ਹੋਇਆ, ਵੀ ਉਹਨਾਂ ਨੂੰ ਵੀ ਉਮਰ ਕੈਦ, ਇਹਨਾਂ ਨੂੰ ਵੀ ਉਮਰ ਕੈਦ ਕਰ ਦਿਉ। ਇਸ ਗੱਲ ਦੀ ਜਿਹੜੀ ਆ ਸੁਣਵਾਈ ਆ ਉਹ ਲਗਾਤਾਰ ਹੋ ਰਹੀ ਆ। ਜੋ ਚੀਫ ਜਸਟਿਸ ਸਾਹਿਬ ਤੋਂ ਉੱਤੇ ਤਾਂ ਕੁਛ ਨਹੀਂ ਗਾ, ਜੋ ਫੈਸਲਾ ਕਰਨਗੇ ਉਹ ਸਭ ਨੂੰ ਜਿਹੜਾ ਮੰਨਣਾ ਪਊਗਾ। ਇਹਦੇ ਵਿੱਚ ਮੈਨੂੰ ਨਹੀਂ ਸਮਝ ਆਉਂਦੀ, ਜੇ ਕੱਲ੍ਹ ਨੂੰ ਚੀਫ ਜਸਟਿਸ ਫੈਸਲਾ ਇਹ ਕਰ ਦੇਣ ਵੀ ਉਹਨਾਂ ਦੀ ਫਾਂਸੀ ਮਾਫ਼ ਕੀਤੀ ਆ, ਅਤੇ ਮੈਂ ਕੀ ਕਹੂੰਗਾ ਵੀ ਮੇਰੇ ਲਈ ਕਾਨੂੰਨ ਆ ਜਿਹੜਾ ਉਹ ਇਨਸਾਫ ਨਹੀਂ ਕਰ ਰਿਹਾ। ਇਸ ਕਰਕੇ ਇਹ ਗੱਲਾਂ ਨਹੀਂ ਹੁੰਦੀਆਂ, ਕਾਨੂੰਨ ਸਭ ਦੇ ਲਈ ਇੱਕ ਆ। ਕਾਨੂੰਨ ਰਾਜੀਵ ਗਾਂਧੀ ਦੇ ਜਿਹੜੇ ਸੀ ਅਲੱਗ ਅਲੱਗ ਇਹਦੇ ਵਿੱਚ ਸੀ, ਇਹਨਾਂ ਦਾ ਕਿੰਨਾ ਕੁ ਰੋਲ ਸੀ ਮੈਨੂੰ ਨਹੀਂ ਪਤਾ। ਜਿਹੜੇ ਹਿਊਮਨ ਬੰਬ ਸੀ ਜਾਂ ਜਿਹੜੇ ਹੋਰ ਸੀ ਲੋਕ, ਉਹ ਤਾਂ ਨਾਲ ਹੀ ਉੜ ਗਏ ਸੀ, ਬਾਕੀ ਕੁਛ ਮਰ ਵੀ, ਉਸ ਤੋਂ ਬਾਅਦ ਮਰ ਵੀ ਗਏ ਨੇ ਕੇਸ, ਕਿਉਂਕਿ ਬਹੁਤ ਚਿਰ ਦਾ ਕੇਸ ਆ, ਇਹ ਪੁਰਾਣਾ ਕੇਸ ਆ। ਅਤੇ ਇਹਦੇ ਵਿੱਚ ਜਿਨ੍ਹਾਂ ਨੂੰ ਇਹ ਕੋਈ ਉਹਨਾਂ ਦਾ ਰੋਲ ਜਿਹੜਾ, ਇਹਨਾਂ ਨੂੰ ਉਮਰ ਕੈਦ ਸੀ, ਇਹਨਾਂ ਨੂੰ ਫਾਂਸੀ ਨਹੀਂ ਹੋਈ ਹੋਈ ਸੀ ਜਿਨ੍ਹਾਂ ਦਾ ਇਹ ਕੈਸ ਸੀ, ਅਤੇ ਉਹ ਕੇਸ ਆ ਜਿਹੜਾ ਰਾਸ਼ਟਰਪਤੀ ਕੋਲ ਆ, ਉਹ ਤਾਕਤ ਸਿਰਫ ਰਾਸ਼ਟਰਪਤੀ ਕੋਲ ਨੇ। ਜਦੋਂ ਇੱਕ ਵਾਰ ਰਾਸ਼ਟਰਪਤੀ ਦੇ ਕੋਲ ਕੇਸ ਚਲਿਆ ਜਾਵੇ, ਉਹਨੂੰ ਸੁਪਰੀਮ ਕੋਰਟ ਇਹ ਕਹਿ ਸਕਦਾ ਵੀ ਸਰਕਾਰ ਨੂੰ ਵੀ ਇਹਨੂੰ ਜਲਦੀ ਤੋਂ ਜਲਦੀ ਇਹ 'ਤੇ ਫੈਸਲਾ ਕਰਵਾਓ। ਰਾਸ਼ਟਰਪਤੀ ਨੂੰ ਜਾਂ ਸੁਪਰੀਮ ਕੋਰਟ ਵੀ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਆਹ ਫੈਸਲਾ ਕਰੋ। ਠੀਕ ਹੈ ਜੀ, ਜਿਹੜੀ ਰਾਹਤ ਮਿਲ ਗਈ ਉਹਨਾਂ ਨੂੰ ਜਿਹੜੀ ਛੱਡ ਦਿੱਤਾ। ਬਿਲਕੁਲ ਬਿਲਕੁਲ, ਮੈਂ ਸਮਝਦਾ ਵੀ ਉਦੋਂ ਉੱਤੇ ਹੈ ਕਿ ਜਦੋਂ ਅਸੀਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦੇ ਹਾਂ, ਅਤੇ ਜੇ ਹਾਈਐਸਟ ਸੁਪਰੀਮ ਕੋਰਟ ਫੈਸਲਾ ਕਰੇ ਉਹ 'ਤੇ ਮੈਂ ਨਹੀਂ ਸਮਝਦਾ ਵੀ ਕੋਈ ਵੀ ਨਾਗਰਿਕ ਕਿੰਤੂ ਪ੍ਰੰਤੂ ਕਰਨ ਦਾ ਕੋਈ ਸਵਾਲ ਰਹਿ ਜਾਂਦਾ।